ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਰਾਜਨੀਤੀ ਦੇ ਵਿੱਚ ਅਗਲਾ ਭਾਗ ਕਰ ਰਹੇ ਹਾਂ ਜੀ, ਸਰਵਉੱਚ ਅਦਾਲਤ ਸੁਪਰੀਮ ਕੋਰਟ। ਸੁਪਰੀਮ ਕੋਰਟ ਬਾਰੇ ਆਪਾਂ ਪ੍ਰਸ਼ਨ ਕਰਾਂਗੇ ਦੋ ਵੀਡੀਓ ਦੇ ਵਿੱਚ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਧਾਰਨ ਪ੍ਰਸ਼ਨ ਕਰਾਂਗੇ, ਅਗਲੇ ਭਾਗ ਦੇ ਵਿੱਚ ਫਿਰ ਆਪਾਂ ਗਹਿਰਾਈ ਦੇ ਵਿੱਚ ਜਾਂਦੇ ਹੋਏ ਪਹਿਲਾਂ ਦੀ ਤਰ੍ਹਾਂ ਪ੍ਰਸ਼ਨ ਕਰਾਂਗੇ। ਸਾਡਾ ਪਹਿਲਾ ਪ੍ਰਸ਼ਨ, ਭਾਰਤ ਦੀ ਸਭ ਤੋਂ ਉੱਚੀ ਅਦਾਲਤ ਹੈ, ਇਹ ਹੈ ਸੁਪਰੀਮ ਕੋਰਟ। ਕਈ ਵਾਰੀ ਲਿਖਿਆ ਆ ਜਾਂਦਾ ਸਰਵਉੱਚ ਅਦਾਲਤ, ਪਰ ਜ਼ਿਆਦਾਤਰ ਸਟੂਡੈਂਟ ਜੋ BA ਦੇ ਵਿੱਚ ਪੋਲੀਟੀਕਲ ਨਹੀਂ ਪੜ੍ਹੀ ਹੁੰਦੀ ਅਤੇ ਪਰ ਟੈਟ ਦੇ ਪੇਪਰਾਂ ਵਿੱਚ ਉਹਨਾਂ ਨੂੰ ਪੋਲੀਟੀਕਲ ਦੇ ਜਿਹੜੇ ਪ੍ਰਸ਼ਨ ਆ ਕਰਨੇ ਪੈਂਦੇ ਆ, ਫਿਰ ਉਹਨਾਂ ਨੂੰ ਨਹੀਂ ਪਤਾ ਲੱਗਦਾ। ਠੀਕ ਹੈ, ਆਪਸ਼ਨਾਂ ਦੇ ਵਿੱਚ ਉੱਚ ਅਦਾਲਤ ਲਿਖੀ ਹੁੰਦੀ ਹੈ, ਸਰਵਉੱਚ ਅਦਾਲਤ ਨਹੀਂ ਲਿਖਿਆ ਹੁੰਦਾ, ਤਾਂ ਆਪਸ਼ਨਾਂ ਦੇ ਵਿੱਚ ਲਿਖਿਆ ਹੁੰਦਾ ਇਹਨਾਂ ਵਿੱਚੋਂ ਕੋਈ ਨਹੀਂ, ਅਤੇ ਜ਼ਿਆਦਾਤਰ ਸਟੂਡੈਂਟ ਫਿਰ ਉੱਚ ਅਦਾਲਤ ਘਰ ਆਉਂਦੇ ਆ। ਬਾਕੀ ਜੋ ਪੋਲੀਟੀਕਲ ਪੜ੍ਹਿਆ ਉਹਨਾਂ ਨੂੰ ਤਾਂ ਇੰਨਾ ਦੱਸਣ ਦੀ ਜ਼ਰੂਰਤ ਨਹੀਂ। ਸਾਡਾ ਅਗਲਾ ਪ੍ਰਸ਼ਨ, ਆਰੰਭ ਵਿੱਚ ਮੁੱਖ ਜੱਜ ਤੋਂ ਇਲਾਵਾ ਸੁਪਰੀਮ ਕੋਰਟ ਵਿੱਚ ਕਿੰਨੇ ਜੱਜ ਸਨ? ਜਦੋਂ ਸ਼ੁਰੂ ਵਿੱਚ ਸਾਡੀ ਸੁਪਰੀਮ ਕੋਰਟ ਬਣੀ, ਇਸ ਦੇ ਵਿੱਚ ਮੁੱਖ ਜੱਜ ਤੋਂ ਬਿਨਾਂ 7 ਜੱਜ ਸੀ, ਅਤੇ ਜੇਕਰ ਸਾਨੂੰ ਪੁੱਛਿਆ ਜਾਵੇ ਮੁੱਖ ਜੱਜ ਦੇ ਸਮੇਤ ਕਿੰਨੇ ਜੱਜ ਸੀ, ਫਿਰ ਸਾਡਾ ਉੱਤਰ ਹੋਵੇਗਾ 8। ਸਾਡਾ ਅਗਲਾ ਪ੍ਰਸ਼ਨ ਜੀ, ਸੰਵਿਧਾਨ ਦੇ ਕਿਸ ਅਨੁਛੇਦ ਅਨੁਸਾਰ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਹੈ? ਸੰਵਿਧਾਨ ਦੇ ਵਿੱਚ ਅਨੁਛੇਦ ਹੈ 124 ਜੋ ਸੰਬੰਧਿਤ ਹੈ ਸੁਪਰੀਮ ਕੋਰਟ ਦੇ ਨਾਲ। ਪਹਿਲੀ ਵਾਰ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਕਦੋਂ ਵਧਾਈ ਗਈ? ਇਹ ਵਧਾਈ ਗਈ ਸੀ ਐਕਟ 1956 ਦੇ ਵਿੱਚ, ਅਤੇ ਜੱਜਾਂ ਦੀ ਗਿਣਤੀ ਮੁੱਖ ਜੱਜ ਦੇ ਸਮੇਤ ਕਰ ਦਿੱਤੀ ਗਈ ਸੀ 11। ਅਗਲਾ ਪ੍ਰਸ਼ਨ ਜੀ, ਸੁਪਰੀਮ ਕੋਰਟ ਵਿੱਚ ਕਿਹੜੇ ਮੁਕੱਦਮੇ ਕੀਤੇ ਜਾ ਸਕਦੇ ਹਨ? ਸੁਪਰੀਮ ਕੋਰਟ ਦੇ ਵਿੱਚ ਦੀਵਾਨੀ ਫੌਜਦਾਰੀ ਦੋਵੇਂ ਹੀ ਮੁਕੱਦਮੇ ਕੀਤੇ ਜਾ ਸਕਦੇ ਹਨ। ਸਰਵਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ? ਇਹ ਕਰਦੇ ਆ ਰਾਸ਼ਟਰਪਤੀ। 124 ਦੀ ਧਾਰਾ 2 ਜਿਸ ਵਿੱਚ ਲਿਖਿਆ ਗਿਆ ਕਿ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੀ ਸਲਾਹ ਜ਼ਰੂਰ ਲਵੇਗਾ ਰਾਸ਼ਟਰਪਤੀ, ਫਿਰ ਉਸ ਲਈ ਸਲਾਹ ਮੰਨਣੀ ਜ਼ਰੂਰੀ ਨਹੀਂ ਜ਼ਰੂਰੀ ਆਪਾਂ ਅਗਲੇ ਭਾਗ ਵਿੱਚ ਦੇਖਾਂਗੇ। ਅਗਲਾ ਪ੍ਰਸ਼ਨ ਜੀ ਸਾਡਾ, ਸਰਵਉੱਚ ਅਦਾਲਤ ਦੇ ਜੱਜ ਕਿੰਨੀ ਉਮਰ ਤੱਕ ਆਪਣੇ ਅਹੁਦੇ ਉੱਪਰ ਰਹਿੰਦੇ ਹਨ? ਇਹ ਹੈ 65 ਸਾਲ। ਸੁਪਰੀਮ ਕੋਰਟ ਦੇ ਜੱਜ ਨੂੰ ਕੌਣ ਅਹੁਦੇ ਤੋਂ ਹਟਾ ਸਕਦਾ ਹੈ? ਇਹ ਹਟਾ ਸਕਦੇ ਆ ਜੀ ਸੰਸਦ ਅਤੇ ਰਾਸ਼ਟਰਪਤੀ ਦੋਵੇਂ ਹਟਾ ਸਕਦੇ ਆ, ਬਾਕੀ ਤੁਸੀਂ ਮੌਕੇ 'ਤੇ ਆਪਸ਼ਨਾਂ ਅਨੁਸਾਰ ਉੱਤਰ ਦੇਣਾ ਹੋਵੇਗਾ ਆਪਣਾ। ਜੱਜਾਂ ਨੂੰ ਹਟਾਉਣ ਲਈ ਮਹਾਂਦੋਸ਼ ਕੌਣ ਲਾ ਸਕਦਾ ਹੈ? ਇਹ ਮਹਾਂਦੋਸ਼ ਲਾ ਸਕਦੀ ਹੈ ਸੰਸਦ, ਸੰਸਦ ਦੇ ਵਿੱਚ ਮਹਾਂਦੋਸ਼ ਲਾਇਆ ਜਾ ਸਕਦਾ ਹੈ। ਹੁਣ ਤੱਕ ਕਿੰਨੇ ਜੱਜਾਂ ਨੂੰ ਮਹਾਂਦੋਸ਼ ਰਾਹੀਂ ਹਟਾਇਆ ਗਿਆ ਹੈ? ਇਹ ਜੀ ਅਜੇ ਤੱਕ ਕਿਸੇ ਨੂੰ ਵੀ ਮਹਾਂਦੋਸ਼ ਰਾਹੀਂ ਨਹੀਂ ਹਟਾਇਆ ਗਿਆ। ਸਭ ਤੋਂ ਪਹਿਲੀ ਵਾਰ ਕਿਸ ਜੱਜ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਪੇਸ਼ ਹੋਇਆ ਸੀ? ਪਾਸ ਨਹੀਂ ਹੋਇਆ ਸੀ, ਪੇਸ਼ ਹੋਇਆ ਸੀ। ਇਹ ਜੱਜ ਦਾ ਨਾਮ ਸੀ ਜਸਟਿਸ ਰਾਮਾ ਸਵਾਮੀ। ਜਸਟਿਸ ਰਾਮਾ ਸਵਾਮੀ ਇਹ ਸੀਗੇ ਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜ। ਉਸ ਸਮੇਂ 108 ਮੈਂਬਰਾਂ ਨੇ ਇਹਨਾਂ ਦੇ ਵਿਰੁੱਧ ਦੋਸ਼ ਲਾਇਆ ਸੀ, ਪਰ ਬਾਅਦ ਦੇ ਵਿੱਚ ਜਿਹੜਾ ਇਹ ਮਤਾ ਪਾਸ ਹੋਣਾ ਸੀ ਉਸਨੂੰ ਬਹੁਮਤ ਨਹੀਂ ਮਿਲਿਆ ਅਤੇ ਇਹਨਾਂ ਨੂੰ ਨਹੀਂ ਹਟਾਇਆ ਜਾ ਸਕਿਆ। ਜੱਜਾਂ ਨੂੰ ਹਟਾਉਣਾ ਕਾਫੀ ਮੁਸ਼ਕਲ ਪ੍ਰਕਿਰਿਆ, ਠੀਕ ਹੈ, ਕਾਫੀ ਬਹੁਮਤ ਚਾਹੀਦਾ ਹੁੰਦਾ ਉਹਨਾਂ ਨੂੰ ਹਟਾਉਣ ਦੇ ਲਈ ਸੰਸਦ ਦੇ ਵਿੱਚ। ਪਹਿਲਾਂ ਤਾਂ ਉਹਨਾਂ ਦਾ ਨਾਮ ਪੇਸ਼ ਕਰਨ ਦੇ ਲਈ ਕਾਫੀ ਜਣਿਆਂ ਦਾ ਨਾਮ ਚਾਹੀਦਾ ਕਿ ਇਹ ਮਤਾ ਪਾਸ ਕਰਨਾ, ਉਨੇ ਇਨਸਾਨ ਹੀ ਨਹੀਂ ਮਿਲਦੇ। ਜੇਕਰ ਮਿਲ ਜਾਣ ਫਿਰ ਸੰਸਦ ਦੇ ਵਿੱਚ ਦੋਨੇ ਸਦਨਾਂ ਦੇ ਵਿੱਚ ਜਿਹੜਾ ਬਹੁਮਤ ਪਾਸ ਨਹੀਂ ਹੁੰਦਾ।
ਇਸ ਕਰਕੇ ਜਿਹੜੀ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਕਾਫੀ ਜ਼ਿਆਦਾ ਮੁਸ਼ਕਲ ਪ੍ਰਕਿਰਿਆ, ਇਸੇ ਕਰਕੇ ਹੀ ਕਿਸੇ ਜੱਜ ਨੂੰ ਅਜੇ ਤੱਕ ਨਹੀਂ ਹਟਾਇਆ ਗਿਆ। ਹਾਲਾਂਕਿ ਬਹੁਤ ਸਾਰੇ ਜੱਜਾਂ ਬਾਰੇ ਮਿਲਦੇ ਵੀ ਆ, ਰਿਸ਼ਵਤਾਂ ਖਾ ਵੀ ਰਹੇ ਆ, ਪਰ ਉਹਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਹੀ ਬਹੁਤ ਜ਼ਿਆਦਾ ਸਖਤ ਹੈ। ਇਹਦੇ ਆਪਾਂ ਨੂੰ ਫਾਇਦੇ ਵੀ ਆ ਅਤੇ ਨੁਕਸਾਨ ਵੀ ਆ। ਸਾਡਾ ਅਗਲਾ ਪ੍ਰਸ਼ਨ ਜੀ, ਸਰਵਉੱਚ ਅਦਾਲਤ ਦਾ ਸਾਰਾ ਪ੍ਰਸ਼ਾਸਕੀ ਖਰਚਾ ਕਿਹੜੇ ਫੰਡ ਵਿੱਚੋਂ ਚੱਲਦਾ ਹੈ ਜਾਂ ਦਿੱਤਾ ਜਾਂਦਾ ਹੈ? ਸੰਚਿਤ ਫੰਡ ਦੇ ਵਿੱਚੋਂ ਸਰਵਉੱਚ ਅਦਾਲਤ ਦਾ ਜਿਹੜਾ ਸਾਰਾ ਖਰਚਾ, ਇਹਦੇ ਵਿੱਚ ਅਸੀਂ ਕਰ ਰਹੇ ਹਾਂ ਪ੍ਰਸ਼ਾਸਕੀ ਖਰਚਾ, ਠੀਕ ਹੈ, ਇਹ ਸੰਚਿਤ ਫੰਡ ਦੇ ਵਿੱਚੋਂ ਹੁੰਦਾ। ਸਾਡਾ ਅਗਲਾ ਪ੍ਰਸ਼ਨ ਜੀ, ਰਾਸ਼ਟਰਪਤੀ ਦੀ ਚੋਣ ਸੰਬੰਧੀ ਝਗੜਾ ਕਿਸ ਅਦਾਲਤ ਵਿੱਚ ਲਿਜਾਇਆ ਜਾ ਸਕਦਾ? ਇਹ ਸਿਰਫ ਸੁਪਰੀਮ ਕੋਰਟ ਦੇ ਵਿੱਚ ਹੀ ਲਿਜਾਇਆ ਜਾ ਸਕਦਾ। ਸਾਡਾ ਅਗਲਾ ਪ੍ਰਸ਼ਨ ਜੀ, ਸੁਪਰੀਮ ਕੋਰਟ ਨਾਲ ਸੰਬੰਧਿਤ ਅਨੁਛੇਦ ਹਨ, ਕਾਫੀ ਅਨੁਛੇਦ ਜਿਹੜੇ ਸੁਪਰੀਮ ਕੋਰਟ ਦੇ ਨਾਲ ਸੰਬੰਧਿਤ ਹੈ, 124 ਤੋਂ ਲੈ ਕੇ 147 ਤੱਕ ਜਿਹੜੇ ਅਨੁਛੇਦ ਹੈ ਇਹ ਸੁਪਰੀਮ ਕੋਰਟ ਦੇ ਨਾਲ ਸੰਬੰਧਿਤ ਹੈ। ਸਾਡਾ ਅਗਲਾ ਪ੍ਰਸ਼ਨ ਜੀ, ਸੁਪਰੀਮ ਕੋਰਟ ਦਾ ਵਰਣਨ ਸੰਵਿਧਾਨ ਦੇ ਕਿਸ ਭਾਗ ਵਿੱਚ ਹੈ? ਇਹ ਹੈ ਸੰਵਿਧਾਨ ਦੇ ਭਾਗ 5 ਅਤੇ ਉਸਦੇ ਅਧਿਆਏ 4 ਵਿੱਚ। ਅਗਲਾ ਪ੍ਰਸ਼ਨ ਜੀ, ਭਾਰਤ ਦੀ ਸੁਪਰੀਮ ਕੋਰਟ ਕਿੱਥੇ ਸਥਿਤ ਹੈ? ਇਹ ਹੈ ਤਿਲਕ ਮਾਰਗ ਨਵੀਂ ਦਿੱਲੀ, ਠੀਕ ਹੈ ਜੀ, ਤਿਲਕ ਮਾਰਗ ਨਵੀਂ ਦਿੱਲੀ। ਅਗਲਾ ਪ੍ਰਸ਼ਨ ਜੀ, ਸੁਪਰੀਮ ਕੋਰਟ ਵਿੱਚ ਵੱਧ ਤੋਂ ਵੱਧ ਜੱਜ ਕਿੰਨੇ ਹੋ ਸਕਦੇ ਹਨ ਮੌਜੂਦਾ ਸਮੇਂ? ਮੌਜੂਦਾ ਸਮੇਂ ਵੱਧ ਤੋਂ ਵੱਧ ਜੱਜ ਹੋ ਸਕਦੇ ਆ 31, ਮਤਲਬ ਆਪਾਂ ਸੰਭਾਵਨਾ ਦੇਖ ਰਹੇ ਹਾਂ ਕਿ 31 ਜੱਜ ਹੋ ਸਕਦੇ ਆ, ਪਰ ਕਿੰਨੇ ਜੱਜ ਆ ਇਸ ਸਮੇਂ ਸੁਪਰੀਮ ਕੋਰਟ ਦੇ ਵਿੱਚ, ਉਸ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਚਰਚਾ ਕਰਾਂਗੇ। ਤੁਸੀਂ ਦੇਖ ਲੈਣਾ ਵੀ ਕਿੰਨੇ ਜੱਜ ਆ, ਹਾਂ ਹੋ ਸਕਦੇ ਆ ਵੱਧ ਤੋਂ ਵੱਧ 31। ਸਾਡਾ ਅਗਲਾ ਪ੍ਰਸ਼ਨ ਹੈ ਜੀ, ਸੁਪਰੀਮ ਕੋਰਟ ਦਾ ਮੋਟੋ ਕੀ ਹੈ? ਇਹ ਯਾਦ ਰੱਖਣਾ, ਆ ਸਕਦਾ ਤੁਹਾਨੂੰ ਪ੍ਰਸ਼ਨ, ਯਤੋ ਧਰਮ ਸਤਤ ਜੈ। ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਾਕੀ ਪ੍ਰਸ਼ਨ ਆਪਾਂ ਕਰਾਂਗੇ ਅਗਲੇ ਭਾਗ ਦੇ ਵਿੱਚ।